ਤੇ ਬ੍ਰੇਕ ਤੋਂ ਬਾਅਦ ਵਿਚਾਰ ਪਟਾਂਦਰਾ ਅੱਜ ਅਸੀਂ ਜਾਰੀ ਰੱਖਿਆ ਹੋਇਆ ਇੱਕ ਸਮਝ ਇਹ ਗੱਲ ਨਹੀਂ ਆਉਂਦੀ ਕਿ ਇਜਲਾਸ ਹੋਇਆ ਵਿਧਾਨ ਸਭਾ ਦਾ ਉਹ ਤਸਵੀਰਾਂ ਅਸੀਂ ਵੀ ਵੇਖੀਆਂ ਤੁਸੀਂ ਵੀ ਵੇਖੀਆਂ ਹੋਣੀਆਂ ਵੱਖ ਵੱਖ ਜਿਹੜੇ ਪ੍ਰਤੀਕਰਮ ਸੀ ਉਹ ਤੁਸੀਂ ਵੇਖੇ ਹੋਣੇ ਆ ਲੇਕਿਨ ਇੱਕ ਮੁੱਦਾ ਬੜਾ ਗੰਭੀਰ ਹੋਇਆ ਹੋਇਆ ਜੋ ਕਿ ਕੋਈ ਵੀ ਮੀਡੀਆ ਹਾਊਸ ਮੈਨੂੰ ਲੱਗਦਾ ਕਿ ਹਜੇ ਤੱਕ ਨਹੀਂ ਚੱਕ ਰਿਹਾ ਲੇਕਿਨ ਇਹ ਪਲੈਟਫਾਰਮ ਬਣਿਆ ਹੋਇਆ ਕੋਸ਼ਿਸ਼ ਇਸ ਪਲੈਟਫਾਰਮ ਦੇ ਉੱਤੇ ਰਹਿੰਦੀ ਹੈ ਕਿ ਅਸੀਂ ਉਸ ਮੁੱਦੇ ਨੂੰ ਜ਼ਰੂਰ ਚੱਕਾਂਗੇ ਚਾਹੇ ਉਹ ਮੁੱਦਾ ਕੋਈ ਹੋਰ ਚੱਕੇ ਰਹਿਣਾ ਚੱਕੇ ਲੇਕਿਨ ਅੱਜ ਦੇ ਮੁੱਦੇ ਦੇ ਵਿੱਚ ਉਸ ਬਾਰੇ ਵਿਚਾਰ ਵਟਾਂਦਰਾ ਜ਼ਰੂਰ ਹੋਏਗਾ ਮੈਂ ਦਰਸ਼ਕਾਂ ਦਾ ਧਿਆਨ ਜਿਹੜਾ ਲੈ ਜਾਵਾਂ ਉਸ ਪਾਸੇ ਜਦ ਮੰਗਲਵਾਰ ਨੂੰ ਪਿਛਲੇ ਮੰਗਲਵਾਰ ਨੂੰ ਟਿਊਜ਼ਡੇ ਨੂੰ ਜਦ ਗੱਲ ਹੋਈ ਸੀਗੀ ਇਜਲਾਸ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਮੈਂ SIT ਦਾ ਗਠਨ ਕਰਨ ਜਾ ਰਿਹਾ ਹੁਣ ਪੰਜਾਬ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਟ ਕਰੇਗੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਉਸ ਤੋਂ ਪਹਿਲਾਂ ਇਹ ਵੀ ਗੱਲ ਸਾਫ਼ ਹੋ ਗਈ ਸੀਗੀ ਕਿ ਬਈ ਹੁਣ CBI ਤੋਂ ਹਟ ਕੇ ਇਹ ਜਿਹੜੀ ਹੁਣ ਤਫਤੀਸ਼ ਹੈ ਇਹ SIT ਕਰੇਗੀ ਲੇਕਿਨ ਅਜੇ ਤੱਕ ਇੱਕ ਹਫ਼ਤਾ ਹੋਣ ਜਾ ਰਿਹਾ ਹੋ ਚੁੱਕਿਆ ਲਗਭਗ ਲੇਕਿਨ ਕੋਈ ਵੀ ਵਿਚਾਰ ਕੋਈ ਵੀ SIT ਦਾ ਨਾ S ਦਾ ਪਤਾ ਨਾ I ਦਾ ਪਤਾ ਨਾ T ਦਾ ਪਤਾ ਹਜੇ ਇਹ ਤਿੰਨੋਂ ਵਰਡਸ ਆਪਸ ਦੇ ਵਿੱਚ ਨਹੀਂ ਮਿਲੇ ਹਨ ਕਿ ਇਹ ਮਿਲਣਗੇ ਨਹੀਂ ਮਿਲਣਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੈ ਕੇ ਜਿਹੜਾ ਰੋਸ਼ ਹੈ ਉਹ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਹੁਣ ਤਾਂ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਕਈ ਸੀਨੀਅਰ ਲੀਡਰਸ ਰਿਜ਼ਾਈਨ ਕਰ ਸਕਦੇ ਹਨ ਮੀਡੀਆ ਰਿਪੋਰਟਸ ਦੇ ਮੁਤਾਬਿਕ ਕਈ ਕਰ ਵੀ ਚੁੱਕੇ ਹਨ ਔਰ ਕਈ ਜਿਹੜੇ SGPC ਦੇ ਅਹੁਦੇਦਾਰ ਹਨ ਉਹ ਵੀ ਆਪਣਾ ਅਸਤੀਫਾ ਦੇ ਸਕਦੇ ਹਨ ਲੇਕਿਨ ਉਹਨਾਂ ਦਾ ਅਸਤੀਫਾ ਅਸੀਂ ਰਾਜਨੀਤੀ ਦੀ ਤਸਵੀਰ ਦੇ ਨਾਲ ਦੇਖੀਏ ਉਹਨੂੰ ਨਾਪੀਏ ਉਹਨੂੰ ਤੋਲੀਏ ਤਾਂ ਉਹ ਸਾਨੂੰ ਕਿਸ ਦਿਸ਼ਾ ਦੇ ਵੱਲ ਲੈ ਕੇ ਜਾਂਦਾ ਉਸ ਉੱਤੇ ਵੀ ਵਿਚਾਰ ਕਰਨਾ ਬੜਾ ਜ਼ਰੂਰੀ ਹੈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਨਵੀਨ ਸ਼ਰਮਾ ਜੋ ਕਿ ਸਿਆਸੀ ਮਾਹਿਰ ਨੇ ਚਾਹੇ ਉਹ ਜਦ ਗੱਲ ਆਉਂਦੀ ਹੈ ਪੰਜਾਬ ਦੇ ਪੋਲੀਟਿਕਸ ਦੇ ਮੁੱਦਿਆਂ ਦੀ ਚਾਹੇ ਉਹ ਧਾਰਮਿਕ ਮਸਲੇ ਹੋਣ ਪੰਜਾਬ ਦੇ ਮਸਲਿਆਂ ਨੂੰ ਪਿਛਲੇ 25 ਸਾਲਾਂ ਤੋਂ ਬਹੁਤ ਹੀ ਗੰਭੀਰ ਤਰੀਕੇ ਨਾਲ ਜਾਣਦੇ ਹਨ ਅੰਦਰੂਨੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਪਤਾ ਉਹ ਉਸ ਬਾਰੇ ਵੀ ਐਨਾਲਿਸਿਸ ਅਸੀਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਕੱਲ੍ਹ ਕਿਸ ਦਰਵਾਜ਼ੇ ਦੇ ਉੱਤੇ ਖੜ੍ਹੀ ਹੈ ਔਰ ਕੀ ਖਟਖਟਾ ਰਹੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਕਾਲਰਸ ਕਾਫੀ ਇਸ ਟਾਈਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ ਮੈਂ ਪਹਿਲੇ ਉਹਨਾਂ ਦੀ ਕਾਲਸ ਲੈ ਲਵਾਂ ਉਸ ਤੋਂ ਬਾਅਦ ਆਪਾਂ ਐਨਾਲਿਸਿਸ ਜ਼ਰੂਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ ਜਸਪਾਲ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਡਾਕਟਰ ਸਾਹਿਬ ਜੀ ਵੀ ਆਏ ਸੀ ਉਹਨਾਂ ਨੂੰ ਇਸੇ ਤਰ੍ਹਾਂ ਮੁੱਦਾ ਸੀਗਾ ਕਿ ਜੋ ਜਿਹੜੀ ਆ ਪੰਕ ਪੁੱਜ ਰਹੀ ਹੈ ਨਾ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਜੀ 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 ਤੇ ਉਸ ਦਾ ਕੁਛ ਕੀਤਾ ਜਾਵੇ ਜੀ ਸੋ ਮੈਂ ਇੱਕ ਸੁਝਾਅ ਦੇਣਾ ਚਾਹੁੰਦਾ ਜੀ ਕਿ ਬਾਦਲ ਸਪੈਸ਼ਲੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਜੱਫਾ ਮਾਰ ਕੇ ਬੈਠੇ ਆ ਪੰਜਾਬ ਲੈਵਲ ਤੇ ਯਾਰ ਈਵਨ ਆਲ ਇਨ ਆਲ ਓਵਰ ਇੰਡੀਆ ਜਾਂ ਈਵਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਕਾਨਫਰੰਸ ਬੁਲਾਈ ਜਾਵੇ ਜੀ ਸਿੱਖਾਂ ਦੀ ਪੰਜਾਬੀਆਂ ਦੀ ਜੀ ਉਸ ਦੇ ਵਿੱਚ ਮਤੇ ਪਾਸ ਕੀਤੇ ਜਾਵੇ ਕਿ ਇੱਕ ਜਿਸ ਤਰ੍ਹਾਂ ਕੰਟਰੀ ਦਾ ਕੰਸਟੀਟਿਊਸ਼ਨ ਹੁੰਦਾ ਹੈ ਜੀ ਅਕਾਲੀ ਇਹਨਾਂ ਦਾ ਵੀ ਸਾਡਾ ਇੱਕ ਕੰਸਟੀਟਿਊਸ਼ਨ ਬਣਾਇਆ ਜਾਵੇ ਜੀ ਜਿਸ ਨੂੰ ਲਾਅ ਦੀ ਵੀ ਬੈਕਿੰਗ ਹੋਵੇ ਜੀ ਔਰ ਕੋਈ ਉਲੰਘਣਾ ਕਰੇ ਉਹ ਪਨਿਸ਼ੇਬਲ ਹੋਵੇ ਜੀ ਮਤਲਬ ਉਹਦੇ ਮੁਤਾਬਕ ਸਾਰੀਆਂ ਕਲਾਜ਼ ਵਾਈਟ ਜਿਹੜੀਆਂ ਨਾ ਬਲੈਕ ਐਂਡ ਵਾਈਟ ਹੋਵੇ ਤਾਂ ਕਿ ਬਾਦਲਾਂ ਦੀ ਤਰ੍ਹਾਂ ਕੋਈ ਹੋਰ ਉੱਥੇ ਜ਼ਖਮੀ ਮਾਰ ਕੇ ਨਾ ਬੈਠ ਸਕੇ ਕਰੈਕਟ ਬਿਲਕੁਲ ਤੁਸੀਂ ਬਹੁਤ ਗੱਲ ਲਾਜ਼ਮੀ ਕੀਤੀ ਹੈ ਆਪਾਂ ਇਸ ਬਾਰੇ ਵੀ ਵਿਚਾਰ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਜਸਪਾਲ ਜੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੁਝ ਹੋਰ ਤੁਸੀਂ ਕਹਿਣਾ ਚਾਹੁੰਦੇ ਹੋ ਬਸ ਥੈਂਕ ਯੂ ਵੈਰੀ ਮਚ ਜਸਪਾਲ ਜੀ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਬੋਲਦਾ ਲੈਸੋ ਤੋਂ ਹਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਭਾਜੀ ਕਿ ਕਹਿਣ ਨੂੰ ਤਾਂ ਬਹੁਤ ਕੁਛ ਹੈਗਾ ਪਰ ਟਾਈਮ ਦੇ ਹਿਸਾਬ ਨਾਲ ਮੈਂ ਸ਼ੋਰਟ ਗੱਲ ਕਰਨਾ ਚਾਹੁੰਦਾ ਕਿ ਜਿੱਦਾਂ ਅੱਜ ਕੱਲ੍ਹ ਬਾਦਲ ਸਾਹਿਬ ਤੇ ਆਪਣਾ ਪਿਓ ਪੁੱਤ ਆਪਣੇ ਸੱਚਾਈਆਂ 'ਚ ਬਿਆਨ ਦੇ ਰਹੇ ਨੇ ਕਿ ਉਹ ਵਕਤ ਫਿਰਨ ਦਾ ਸ਼ੇਰ ਵੀ ਸੁਣਾ ਰਹੇ ਨੇ ਕਿ ਸ਼ੀਸ਼ੇ 'ਚ ਰਹਿ ਕੇ ਪੱਥਰ ਹੀ ਮਾਰੀ ਦੇ ਵਗੈਰਾ ਵਗੈਰਾ ਪਰ ਮੈਂ ਚਾਹੁੰਦਾ ਕਿ ਜਿੱਦਾਂ ਦਾਦੂਵਾਲ ਦੇ 16 ਕਰੋੜ ਰੁਪਏ ਦਾ ਇਹ ਚਿੱਠਾ ਲੈ ਕੇ ਸਾਹਮਣੇ ਆਏ ਨੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਏਦਾਂ ਦਾ ਮੁੱਦਾ ਚੱਕੋ ਕਿ ਬਾਦਲ ਹੋਣਾ ਦੇ ਸਾਰੇ ਖਾਨਦਾਨ ਦੀ ਜਿਹੜੀ ਹੈ ਕਮਾਈ ਉਹ ਸਾਰੀ ਪੇਸ਼ ਹੋਣੀ ਚਾਹੀਦੀ ਹੈ ਔਰ ਮਜੀਠੀਆ A to Z ਜਦੋਂ ਬਾਰ ਬਾਰ ਬਾਦਲ ਕਹਿ ਰਿਹਾ ਕਿ ਸੁਖਬੀਰ ਬਾਦਲ ਕਹਿ ਰਿਹਾ ਕਿ ਮੇਰੇ ਪਿਤਾ ਨੇ ਨਹੀਂ ਜਿਹਨਾਂ ਕੱਟੀਆਂ ਦਰਬਾਰ ਸਾਹਿਬ ਜਦੋਂ ਅਟੈਕ ਹੋ ਗਿਆ ਹੱਥ ਖੜ ਕੇ ਉਦੋਂ ਬਾਦਲ ਬਾਹਰ ਆ ਗਿਆ ਉਦੋਂ ਸ਼ਹੀਦੀ ਨਹੀਂ ਸੀ ਦੇ ਸਕਦੇ
ਉਸ ਨੰਬਰ 2 ਕਿ ਜਿੰਨਾ ਵੀ ਇਹਨਾਂ ਦੀ ਜਾਇਦਾਦਾਂ ਨੇ ਇਹਨਾਂ ਦੇ ਹੁਣ ਮੌਕਾ ਹੈਗਾ ਉਹ ਸਾਰਾ ਇਹਨਾਂ ਦਾ ਅਡੈਂਟ ਖੋਲੋ ਕਿ ਇਹਨਾਂ ਕੋਲ ਕਿੱਥੋਂ ਇੰਨੇ ਅਰਬਾਂ ਖਰਬਾਂ ਆਇਆ ਉਲਾਦਾਂ ਇਹਨਾਂ ਨੇ ਬਾਹਰ ਭੇਜੀਆਂ ਮੁਲਕਾਂ 'ਚ ਔਰ ਜਦੋਂ ਅਰਬਾਂ ਰੁਪਈਆਂ ਦਾ ਇਹਨਾਂ ਦੀ ਸਿਕਿਉਰਟੀ ਰੱਖਦਾ ਬਾਹਰਲੇ ਮੁਲਕਾਂ ਵਿੱਚ ਕੋਈ ਮੰਤਰੀ ਕਿਤੇ ਜਾਂਦਾ ਪਤਾ ਨਹੀਂ ਲੱਗਦਾ ਕਦੋਂ ਮੰਤਰੀ ਰੋਡ ਤੋਂ ਲੰਘ ਗਿਆ ਔਰ ਇਹਨਾਂ ਵਾਸਤੇ ਜਿਹੜੇ ਲੱਖਾਂ ਰੁਪਏ ਦਾ ਖਰਚਾ ਉਹ ਬੰਦ ਕੀਤਾ ਜਾਵੇ ਔਰ ਇਹਨਾਂ ਨੂੰ ਆਪਣੀ ਸਿਕਿਉਰਟੀ ਆਪ ਪੇ ਕੀਤੀ ਜਾਵੇ ਔਰ ਪਲੀਜ਼ ਬੇਨਤੀ ਹੈ ਇਹ ਮੁੱਦਾ ਜ਼ਰੂਰ ਉਠਾਓ ਕਿ ਇਹਨਾਂ ਦੇ ਸਾਰੇ ਖਾਨਦਾਨ ਦੇ ਜਿੰਨੀ ਪ੍ਰੋਪਰਟੀ ਹੈ ਉਹ ਹੁਣ ਸਾਹਮਣੇ ਆਵੇ ਜਿੱਦਾਂ ਦਾਦੂਵਾਲ ਦਾ 16 ਕਰੋੜ ਰੁਪਇਆ ਕਹਿੰਦੇ ਇਹਨਾਂ ਨੂੰ ਪੁੱਛੋ ਇਹਨਾਂ ਕੋਲ ਕਿੰਨਾ ਅਰਬਾਂ ਖਰਬਾਂ ਸ਼੍ਰੋਮਣੀ ਕਮੇਟੀ ਦਾ ਪੈਸਾ ਦਰਵਾਜ਼ਾ ਸਾਰਾ ਇਹ ਯੂਜ਼ ਕਰਦੇ ਪਏ ਨੇ ਲੈ ਕੇ ਆਵਾਂਗੇ ਜੀ ਬਿਲਕੁਲ ਲੈ ਕੇ ਆਵਾਂਗੇ ਇਹਦੀ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਆ ਵੀ ਜ਼ਰੂਰ ਲੈ ਕੇ ਆਵਾਂਗੇ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਹਰਕ੍ਰਿਤ ਸਿੰਘ ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ ਫਸਟਲੀ ਯੂ ਵੈਲਕਮ ਬੈਕ ਥੈਂਕ ਯੂ ਜੀ ਥੈਂਕ ਯੂ ਫਰੋਮ ਏ ਸਮਾਲ ਬ੍ਰੇਕ ਜੀ 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 ਪਹਿਲੀ ਗੱਲ ਤਾਂ ਮੈਂ ਥੋੜ੍ਹਾ ਜਿਹਾ ਗੱਲ ਕਰਾਂਗੇ ਜਿਹੜੀ ਡੈਮੋਕ੍ਰੇਸੀ ਤੇ ਅਸੀਂ ਕਹਿੰਦੇ ਕਿ ਸਾਡੇ ਮੁਲਕ ਦੀ ਡੈਮੋਕ੍ਰੇਸੀ ਠੀਕ ਨੇ ਅਸੀਂ ਸੋਚਿਆ ਜਾਵੇ ਨਾ ਤਾਂ ਡੈਮੋਕ੍ਰੇਸੀ ਤਾਂ ਹਰ ਮੁਲਕ ਜੀ ਕੋਈ ਪਰਫੈਕਟ ਨਹੀਂ ਹੈਗੀ ਜੀ 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 ਜਿਹਨੂੰ ਅਮਰੀਕਾ ਚਲ ਜਾਓ ਇੱਥੇ ਚਲ ਜਾਓ ਹਰ ਕੁਛ ਕੁਛ ਆ ਪਕਵੇ ਨੇ ਇਹ ਲੋਕੀ ਪੜ੍ਹੇ ਲਿਖੇ ਆ ਜਦ ਆਪਣਾ ਫੈਸਲਾ ਕਰਦੇ ਆ ਤਾਂ ਇਹਨਾਂ ਤੇ ਕੋਈ ਜਿਹਨੂੰ ਆਪਣੇ ਆਪਣੇ ਮਨ ਨਾਲ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਆਪਣਾ ਗਿਆਨ ਹੈ ਕਰੈਕਟ ਜੀ ਸਾਡੇ ਮੁਲਕ ਦੇ ਵਿੱਚ ਹੈ ਕਿ ਜਨਤਾ ਬਹੁਤ ਅਨਪੜ੍ਹ ਹੈ ਜਿਹੜੀ ਕਿ ਲੋਕੀ ਅੱਗੇ ਨਾਲੋਂ ਬਹੁਤ ਜਾਗਰਤੀ ਆ ਬਹੁਤ ਜਾਗਰਤੀ ਆ ਯੂਨੋ ਹੁਣ ਕੋਈ ਕੰਨੋਂ ਫੜ ਕੇ ਨਹੀਂ ਕਹੂਗਾ ਵੀ ਇੱਥੇ ਵੋਟ ਵਾ ਤੁਹਾਡੇ ਸਾਹਮਣੇ ਹਰਕੀਰ ਸਿੰਘ ਜੇ ਤੁਸੀਂ ਜੇ ਡੈਮੋਕ੍ਰੇਸੀ ਨਹੀਂ ਤਾਂ ਤੁਸੀਂ ਕਿਹੜੀ ਕਿਹੜੀ ਮਤਲਬ ਕਿਹੜੀ ਕਿਹੜੀ ਹਕੂਮਤ ਚਾਹੁੰਦੇ ਆ ਡਿਕਟੇਟਰਸ਼ਿਪ ਚਾਹੁੰਦੇ ਆ ਚਾਰ ਆਦਮੀਆਂ ਦਾ ਰੂਲ ਹੋਵੇ ਜੁੰਟਾ ਹੋਵੇ ਮਿਲਟਰੀ ਜੁੰਟਾ ਹੋਵੇ ਘੱਟੋ ਘੱਟ ਜੇ ਨਹੀਂ ਵੀ ਹਰਕੀਰ ਸਿੰਘ ਕੁਛ ਟਾਈਮ ਲੱਗਦਾ ਕੋਈ ਸਾਡੇ ਵਿੱਚ ਸੈਟਬੈਕਸ ਪਈਆਂ ਜਿਸ ਤਰੀਕੇ ਨਾਲ ਅਸੀਂ ਸ਼ੁਰੂ ਕੀਤਾ ਸੀ ਮੁਲਕ ਨੂੰ ਜਦੋਂ ਬਦਲਣਾ ਉਹ ਗੱਲ ਨਹੀਂ ਹੋਈ ਸਮਝੀ ਨਾ ਇਸ ਕਰਕੇ ਸਲੋ ਪ੍ਰੋਸੈਸ ਹੋਇਆ ਲੇਕਿਨ ਇਹ ਬਦਲ ਰਿਹਾ ਹੈਗਾ ਯੂਨੋ ਕਦੀ ਅਸੀਂ ਸੋਚ ਸਕਦੇ ਸੀ ਕਿ ਬਾਦਲ ਸਾਹਿਬ ਸੜਕਾਂ 'ਤੇ ਬੈਠੇ ਹੋਣਗੇ ਕਦੀ ਸੋਚ ਸਕਦੇ ਸੀ ਇੰਦਰਾ ਗਾਂਧੀ ਜੇਲ੍ਹ 'ਚ ਵੀ ਜਾ ਸਕਦੀ ਆ ਕਦੀ ਹੋ ਸਕਦੇ ਸੀ ਕਈ ਕਈ ਮਿਨਿਸਟਰ ਜੇਲ੍ਹਾਂ 'ਚ ਬੈਠੇ ਆ ਯੂਨੋ ਚਲੋ ਘੱਟੋ ਘੱਟ ਚਲੋ 50 ਸਾਲਾਂ ਪਿੱਛੋਂ ਤਾਂ ਮੇਰੇ ਅੱਗੇ ਗਰੀਬ ਨੂੰ ਪੁੱਛਿਆ ਜਾਂਦਾ ਨਾ ਇਹ ਤਾਂ ਕੋਈ ਪੁੱਛੇਗਾ ਨੀ ਹੈ ਖਾਸ ਕਰ ਜੋ ਪੰਜਾਬ ਦਾ ਮਾਇੰਡ ਸੈਟ ਆ ਯੂਨੋ ਉਹ ਤਾਂ ਕੋਈ ਗਰੀਬ ਨੂੰ ਪੁੱਛਣ ਵਾਲਾ ਹੈਗਾ ਉਹ ਤਾਂ ਉਹ ਕਹਿੰਦਾ ਉਹ ਤਾਂ ਕਹਿੰਦਾ ਮੇਰੇ ਤੋਂ ਉੱਤੇ ਕੋਈ ਦੁਨੀਆਂ 'ਚ ਹੈ ਹੀ ਨੀ ਬਿਲਕੁਲ ਸਹੀ ਗੱਲ ਹੈ ਮੈਨੂੰ ਸਲੂਟ ਕਰੋ ਬਾਕੀ ਦਾ ਕੀੜੇ ਮਕੌੜੇ ਬਚਦੇ ਆ ਜੀ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ 49-51% ਗਰੀਬ ਲੋਕ ਵਸਦੇ ਆ ਉਹਨਾਂ ਦੀ ਗੱਲ ਕਿਸੇ ਨੇ ਕੀਤੀ ਕਦੇ ਕਦੀ ਨਹੀਂ ਕੀਤੀ ਜੀ ਅਗਰ ਤੁਸੀਂ ਡੈਮੋਕ੍ਰੇਸੀ ਚਲੋ 50 ਸਾਲਾਂ ਪਿੱਛੋਂ ਤਾਂ ਤੁਸੀਂ ਉਹਨੂੰ ਪੁੱਛਦੇ ਹੀ ਆ ਨਾ ਵਿਚਾਰਿਆਂ ਨੂੰ ਭਾਵਾਂ ਉਹ ਭੁੱਖੇ ਹੀ ਮਰਦੇ ਆ ਠੀਕ ਨੇ ਨਹੀਂ ਤਾਂ ਤੁਸੀਂ 50 ਸਾਲਾਂ ਪਿੱਛੋਂ ਵੀ ਉਹਨੂੰ ਪੁੱਛੋਗੇ ਨਹੀਂ ਚਾਹੇ ਮਰ ਜਾਣ ਇਨਡਿਫਰੈਂਟ ਹੋ ਜਾਓਗੇ ਸਾਡੀ ਸੋਸਾਇਟੀ ਇਹ ਆ ਕਿ ਜਿਹੜਾ ਨਾ ਇਨਡਿਫਰੈਂਟ ਹੋ ਜਾਣਾ ਕਿਸੇ ਵਾਸਤੇ ਪਰਵਾਹ ਨਾ ਕਰਨੀ ਇਹ ਸਭ ਤੋਂ ਵੱਡਾ ਜ਼ੁਰਮ ਆ ਇਹ ਸਭ ਤੋਂ ਵੱਡਾ ਪਾਪ ਹਰਭਜਨ ਸਿੰਘ ਜੀ ਵਾਟ ਯੂ ਥਿੰਕ ਅਬਾਊਟ ਹਰਕਿਰ ਸਿੰਘ ਵਾਟ ਯੂ ਥਿੰਕ ਅਬਾਊਟ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂ ਬਾਹਲਾ ਨਹੀਂ ਦੂਰ ਜਾਂਦਾ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਮੈਂ ਕਹਿੰਦਾ ਪੁੰਨੂ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਪ੍ਰਾਈਵੇਟਲੀ ਬਹੁਤ ਚੁਰਿਆ ਉਹਨੇ ਗੱਲ ਰੇਜ਼ ਵੀ ਕੀਤੀ ਸੀਗੀ ਸਾਡਾ ਸਿਸਟਮ ਜਿਹੜਾ ਹਰਕੀ ਸਿੰਘ ਜਿੰਨਾ ਚੱਕ ਅਸੀਂ ਪੁਲਿਸ ਦੇ ਸਿਸਟਮ ਨੂੰ ਨਾ ਸਹੀ ਨਹੀਂ ਕਰਦੇ ਉਹਨਾਂ ਚੱਕ ਸਾਡੇ ਮੁਲਕ ਦੇ ਵਿੱਚ ਉਹ ਪ੍ਰੋਬਲਮਾਂ ਨਹੀਂ ਜਾਣੀਆਂ ਅਗਰ ਅਸੀਂ ਪੁਲਿਸ ਸਿਸਟਮ ਨੂੰ ਸਹੀ ਕਰ ਲਿਆ ਨਾ ਮੈਂ ਤੁਹਾਨੂੰ ਸ਼ਿਓਰਲੀ ਕਹਿੰਦਾ ਕਿ 90% ਹਿੰਦੁਸਤਾਨ ਦੀਆਂ ਪ੍ਰੋਬਲਮਾਂ ਹੱਲ ਹੋ ਜਾਣਗੀਆਂ ਅਸੀਂ ਪੁਲਿਸ ਨੂੰ ਫ੍ਰੀ ਕਰਨਾ ਔਰ ਸਹੀ ਆਫੀਸਰ ਲਿਆਉਣੇ ਆ ਇਮਾਨਦਾਰ ਲਿਆਉਣੇ ਆ ਔਰ ਇੰਡੀਪੈਂਡੈਂਟ ਲਿਆਉਣੇ ਆ ਉਹਨਾਂ ਦਾ ਕੰਟਰੋਲ ਇੱਕ ਬੋਡੀ ਹੋਵੇ ਉਹਨਾਂ ਦੀ ਟ੍ਰਾਂਸਫਰ ਜਿਹੜੀ ਬੋਡੀ ਹੋਵੇ ਉਹਨਾਂ ਦਾ ਜੋ ਕੁਛ ਸਿਸਟਮ ਆ ਉਹ ਬੋਡੀ ਇੱਕ ਸਪੈਸ਼ਲ ਬੋਡੀ ਹੋਵੇ ਉਹ ਮਿਨਿਸਟਰਾਂ ਦੇ ਥੱਲੇ ਨਾ ਹੋਣ ਉਹਦੇ ਕਿਸੇ ਵੀ ਹੋਰ ਕਿਸੇ ਦੀ ਜੋਕ ਨਾ ਹੋਵੇ ਪਰ ਪ੍ਰੋਬਲਮ ਸਾਡੀ ਆ ਕਿ ਪੁਲਿਸ ਸਾਡੀ ਫ੍ਰੀ ਨਹੀਂ ਗੀ ਜਿੰਨਾ ਚਿਰ ਅਸੀਂ ਆਪਣੇ ਇਹਨਾਂ ਮੌਕਿਆਂ 'ਚ ਅਸੀਂ ਆਉਂਦੇ ਹਾਂ ਇਹਨਾਂ ਮੁਲਕਾਂ ਦੀ ਕਿਉਂ ਸਿਸਟਮ ਸਹੀ ਆ ਕਿ ਇੱਥੇ ਤਾਂ ਪੁਲਿਸ ਫ੍ਰੀ ਆ ਜਿਹੜਾ ਇੱਕ ਸਿਪਾਹੀ ਨੇ ਇੱਕ ਕਾਂਸਟੇਬਲ ਨੇ ਕੇਸ ਬੁੱਕ ਕਰਤਾ ਉਹਦੇ ਵਿੱਚ ਕੋਈ ਮਿਨਿਸਟਰ ਵੀ ਉਹਨੂੰ ਇੰਟਰਫੀਅਰ ਨਹੀਂ ਕਰ ਸਕਦਾ ਉਹਨੂੰ ਓਲਟਰ ਨਹੀਂ ਕਰ ਸਕਦਾ ਉਹਨੂੰ ਕੋਈ ਪ੍ਰੈਸ਼ਰ ਨਹੀਂ ਪਾ ਸਕਦਾ ਜਿੰਨਾ ਚਿਰ ਅਸੀਂ ਆਪਣੇ ਮੁਲਕ ਦੀ ਪੁਲਿਸ ਸਿਸਟਮ ਨੂੰ ਫ੍ਰੀ ਨਹੀਂ ਕਰਨਾ ਇੰਡੀਪੈਂਡੈਂਟ ਨਹੀਂ ਕਰਨਾ ਇਮਾਨਦਾਰ ਅਫਸਰ ਨਹੀਂ ਲਿਆਉਣੇ ਪੜ੍ਹੇ ਲਿਖੇ ਲੋਕ ਨਹੀਂ ਲਿਆਉਣੇ ਉਹਨਾਂ ਚਿਰ ਸਾਡੇ ਮੁਲਕ ਦਾ ਕੋਈ ਚਾਰਾ ਨਹੀਂ ਗਾ ਇਦੋਂ ਤੇ ਮੈਂ ਨਹੀਂ ਜਾਂਦਾ ਇਸ਼ੂ ਤਾਂ ਹੋਰ ਵੀ ਬਹੁਤ ਸਾਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਹਰਬਿੰਦਰ ਸਿੰਘ ਜੀ ਸੋ ਨਵੀਂ ਜੀ ਵਟ ਇਜ਼ ਯੋਰ ਓਪਨਿੰਗ ਕਮੈਂਟ ਲੈਟਸ ਟਾਕ ਅਬਾਊਟ ਆਈ ਜਸਟ ਵਾਂਟ ਅ ਬਰੀਫ ਕਮੈਂਟ ਔਨ ਦਿਸ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਬਾਦਲ ਦੇਖੋ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ
ਇਹ ਹੁਣ ਜਿਹੜੇ ਦੁਰਾਏ ਤੇ ਜਿਹੜੀ ਦੁਜਿੱਤੀ 'ਚ ਫਸੇ ਹੋਏ ਨੇ ਇਹਨਾਂ ਦੇ ਨਾਲ ਕਦੀ ਵੀ ਇੰਨਾ ਵੱਡਾ ਪੋਲੀਟੀਕਲ ਕ੍ਰਾਈਸਿਸ ਨਹੀਂ ਆਇਆ। ਨਾਓ ਦੇ ਆਰ ਫੇਸਿੰਗ ਸਮ ਸੋਰਟ ਆਫ ਆਈਡੈਂਟੀ ਕ੍ਰਾਈਸਿਸ ਐਂਡ ਦੇ ਆਰ ਫੇਸਿੰਗ ਦੀ ਰਿਸੈਂਟਮੈਂਟ ਇਨ ਦੀ ਪਾਰਟੀ ਇਟਸੈਲਫ। ਇਹਨਾਂ ਦੇ ਆਪਣੇ ਪਾਰਟੀ ਦੇ ਲੀਡਰ, ਇਹਨਾਂ ਦੇ ਆਪਣੇ ਜਥੇਦਾਰ, ਉਹ ਵੀ ਅੰਦਰੋਂ ਵੀ ਕੁਛ ਨਾ ਕੁਛ ਆਵਾਜ਼ਾਂ ਸ਼ੁਰੂ ਹੋਈਆਂ। ਕਈ ਲੋਕ ਸੜਕਾਂ 'ਤੇ ਉਤਰੇ ਵੀ ਨੇ, ਇੱਕ ਮਿਨਿਸਟਰ ਨੇ ਅਤੇ ਫੋਰਮਰ ਮਿਨਿਸਟਰ ਸੀ ਮਲਕੀਤ ਸਿੰਘ ਬਿਰਮੀ, ਉਹਨੇ ਤਾਂ ਰਿਜ਼ਾਈਨ ਵੀ ਦੇ ਦਿੱਤਾ ਪਾਰਟੀ ਤੋਂ। ਹੁਣ ਇਹ ਵੈ ਕਿ ਜਿਹੜਾ ਬੇਅਦਬੀ ਦਾ ਮਾਮਲਾ ਇਹ ਹੁਣ ਬਿਲਕੁਲ ਫਸ ਗਿਆ ਗਲੇ 'ਚ। ਇਹ ਹੁਣ ਨਾ ਇੱਧਰ ਜਾਣ ਲੱਗੇ, ਨਾ ਲੈਫਟ ਜਾਣ ਲੱਗੇ, ਨਾ ਰਾਈਟ ਜਾਣ ਲੱਗੇ। ਗੱਲ ਘੁੰਮ ਕੇ ਉੱਥੇ ਹੀ ਆ ਰਹੀ ਹੈ ਕਿ ਜਦੋਂ ਇਹ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਸੈਂਬਲੀ ਵਿੱਚ ਪੇਸ਼ ਹੋਈ ਸੀ, ਪਾਰਟੀ ਦੇ ਵੀ ਲੀਡਰਸ ਔਰ ਬਾਕੀ ਸਾਰੇ ਲੋਕ ਵੀ, ਕਿ ਜਿਹੜੇ ਕਈ ਅੰਦਰੂਨੀ ਪਾਰਟੀ ਦੇ ਲੀਡਰ ਨੇ, ਉਹਨਾਂ ਨੇ ਵੀ ਇਹ ਕਿਹਾ, ਔਰ ਬਾਹਰ ਦੇ ਜਿਹੜੇ ਆਪਣੇ ਪੋਲੀਟੀਕਲ ਐਨਾਲਿਸਟ ਨੇ, ਉਹਨਾਂ ਨੇ ਵੀ ਇਹ ਸਲਾਹ ਦਿੱਤੀ ਸੀ ਕਿ ਤੁਹਾਨੂੰ ਫੇਸ ਕਰਨਾ ਚਾਹੀਦਾ ਸੀਗਾ। ਇਹ ਸਭ ਤੋਂ ਵੱਡੀ ਗੱਲ ਹੋਈ ਹੈ ਕਿ ਮੈਨੂੰ ਜੋ ਸਾਨੂੰ ਇਹ ਪਤਾ ਲੱਗਾ ਕਿ ਜੋ ਪਾਰਟੀ ਦੇ ਲੀਡਰਸ ਨੇ, ਜੋ ਸੀਨੀਅਰ ਲੀਡਰ ਨੇ, ਜੋ ਇੱਕ ਬਜ਼ੁਰਗ ਲੀਡਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਅੱਛਾ ਕੀ ਹੁੰਦਾ ਹੈ ਕਿ ਇੱਕ ਟਾਈਮ ਤੋਂ ਬਾਅਦ ਬਜ਼ੁਰਗ ਲੀਡਰਾਂ ਨੂੰ ਸਾਈਡਲਾਈਨ ਕਰ ਦਿੱਤਾ ਜਾਂਦਾ, ਜਿੱਦਾਂ ਕਿ ਅਸੀਂ ਬੀਜੇਪੀ 'ਚ ਮਾਰਗਦਰਸ਼ਕ ਮੰਡਲ ਪਾ ਦਿੰਦੇ ਹਾਂ, ਇੱਦਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਜ਼ੁਰਗ ਲੀਡਰਾਂ ਦੀ ਇੱਕ ਪੂਰੀ ਦੀ ਪੂਰੀ ਲਿਸਟ ਹੈ ਜਿਨ੍ਹਾਂ ਨੂੰ ਸਾਈਡਲਾਈਨ ਕਰਕੇ ਯੰਗ ਲੀਡਰ ਲੀਡਰਸ਼ਿਪ ਨੂੰ ਤਵੱਜੋ ਦਿੱਤੀ ਗਈ। ਔਰ ਯੰਗ ਲੀਡਰਸ਼ਿਪ ਦੀ ਤਵੱਜੋ ਦੀ ਵਜ੍ਹਾ ਨਾਲ ਹੀ ਕਈ ਗਲਤੀਆਂ ਹੁੰਦੀਆਂ, ਕਈ ਉਹ ਐਕਸੈਪਟ ਕਰਦੇ ਨੇ। ਅਤੇ ਹੁਣ ਜਿਹੜੀ ਬਜ਼ੁਰਗ ਲੀਡਰਸ਼ਿਪ ਹੈ, ਉਹਨਾਂ ਦਾ ਇਹ ਮੰਨਣਾ ਹੈ ਕਿ ਤੁਹਾਨੂੰ ਅਸੈਂਬਲੀ ਦੇ ਵਿੱਚ ਫੇਸ ਕਰਨਾ ਚਾਹੀਦਾ ਸੀਗਾ। ਅਸੈਂਬਲੀ ਦੇ ਵਿੱਚ ਫੇਸ ਕਰਦੇ ਅਤੇ ਘੱਟ ਤੋਂ ਘੱਟ ਤੁਸੀਂ ਜੇ ਬਾਹਰ ਉੱਠ ਕੇ ਨਹੀਂ ਚਲੇ ਜਾਂਦੇ ਅਤੇ ਤੁਹਾਡੇ ਖਿਲਾਫ ਜਿਹੜਾ ਮਤਾ ਪਾਸ ਹੋਇਆ ਉਹ ਸਰਵਸੰਮਤੀ ਦੇ ਨਾਲ ਫੁੱਲ ਮੈਜੋਰਿਟੀ ਦੇ ਨਾਲ ਨਾ ਪਾਸ ਹੁੰਦਾ, ਤੁਸੀਂ ਉੱਥੇ ਬਹਿ ਕੇ ਉਹਦਾ ਵਿਰੋਧ ਕਰਦੇ ਅਤੇ ਫੁੱਲ ਮੈਜੋਰਿਟੀ ਨਹੀਂ ਹੁੰਦੀ ਘੱਟ ਤੋਂ ਘੱਟ। ਇਹ ਚੀਜ਼ ਹੋਈ ਅਤੇ ਉਹ ਪਾਰਟੀ ਦੇ ਇੱਕ ਤਾਂ ਇਹਨਾਂ ਨੂੰ ਉਹਦਾ ਡਰੋਬੈਕ ਲੱਗਿਆ ਕਿ ਇਹ ਛੱਡ ਕੇ ਉਹਨੂੰ ਭੱਜੇ, ਇਹਨਾਂ ਨੂੰ ਉਹਨੂੰ ਫੇਸ ਕਰਨਾ ਚਾਹੀਦਾ ਸੀ। ਵਨ, ਹੁਣ ਇਹਦੇ ਨਾਲ ਪਾਰਟੀ ਕਾਡਰ ਦੇ ਵਿੱਚ ਵੀ ਰਿਜ਼ੈਂਟਮੈਂਟ ਹੋ ਗਿਆ, ਲੋਕ ਰਿਜ਼ਾਈਨ ਦੇਣ ਲੱਗ ਗਏ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਹੁਣ ਦੂਜੀਆਂ ਪਾਰਟੀਆਂ ਨੇ, ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਚੱਕ ਲਿਆ, ਜੋ ਉਹਨਾਂ ਨੇ ਪੁਤਲੇ ਜਲਾਏ, ਜਲੂਸ ਕੱਢੇ, ਉਹਨਾਂ ਨੇ ਪ੍ਰਦਰਸ਼ਨ ਕੀਤੇ, ਉਹਨਾਂ ਨੇ ਇਹ ਕਿਹਾ ਜੀ ਬਾਦਲ ਸੀਨੀਅਰ ਬਾਦਲ ਜੂਨੀਅਰ ਬਾਦਲ ਔਰ ਜਿਹੜਾ ਸ਼੍ਰੋਮਣੀ ਜਿਹੜਾ ਉਸ ਸਮੇਂ ਜਿਹੜੇ DGPC ਸੁਮੇਧ ਸਿੰਘ ਸੈਣੀ, ਇਹਨਾਂ ਨੂੰ ਕਸਟਡੀ 'ਚ ਲੈ ਕੇ ਇਹਨਾਂ ਤੋਂ ਪੁੱਛਤਾਛ ਕੀਤੀ ਜਾਏ ਕਿ ਉਸ ਸਮੇਂ ਪੁਲਿਸ ਫਾਇਰਿੰਗ ਦਾ ਕਿੰਨੇ ਆਰਡਰ ਦਿੱਤਾ ਸੀਗਾ। ਔਰ ਗੱਲ ਘੁਮਾ ਕੇ ਉੱਥੇ ਹੀ ਆ ਰਹੀ ਹੈ ਕਿ ਇੱਕ ਪੋਲੀਟੀਕਲ ਨੈਕਸਸ ਹੈ, ਇੱਕ ਤਰ੍ਹਾਂ ਦਾ ਇੱਕ ਐਸਕੇਪ ਰੂਟ ਦਿੱਤਾ ਜਾ ਰਿਹਾ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ SIT ਹਫ਼ਤਾ ਹੋ ਗਿਆ, SIT ਦਾ ਹਾਲੇ ਦੇਖੋ ਰੂਪ ਸਰੂਪ ਨਜ਼ਰ ਹੀ ਨਹੀਂ ਆ ਰਿਹਾ, ਨਾ ਹਾਲੇ ਉਹਦਾ ਪਤਾ ਲੱਗਣਾ, ਨਾਲੇ ਹਾਲੇ ਤੱਕ ਇਹ ਵੀ ਕਲੀਅਰ ਨਹੀਂ ਹੈ ਕਿ ਕਿਆ SIT ਰਿਟਾਇਰਡ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਹੀ ਅੱਗੇ ਲੈ ਕੇ ਚੱਲੇਗੀ ਜਾਂ ਕੀ ਕਰੇਗੀ ਜਿਹੜੀ ਪੁਲਿਸ ਅਫਸਰ ਨੇ। ਔਰ ਗੱਲ ਉੱਥੇ ਘੁੰਮ ਕੇ ਆਉਂਦੀ ਕਿ ਪੁਲਿਸ ਅਫਸਰ ਆਪਣੇ ਪੁਲਿਸ ਮਹਿਕਮੇ ਦੀ ਕੀ ਤਫਤੀਸ਼ ਕਰਨਗੇ, ਅਤੇ ਸਾਰਾ ਘੁੰਮਾ ਕੇ ਉੱਥੇ ਹੀ ਜੋ ਹੈ। ਔਰ ਜਿਹੜੀ ਪਾਰਟੀ ਹੈ, ਆਈ ਐਮ ਸਟਿਲ ਫੀਲਿੰਗ ਦਿਸ ਕਿ ਉਹ ਦੇ ਆਰ ਫੇਸਿੰਗ ਦ ਵਰਸਟ ਪੋਲੀਟੀਕਲ ਕ੍ਰਾਈਸਿਸ। ਸੋ ਵਟ ਯੂ ਥਿੰਕ, ਵਟ ਕੈਨ ਬੀ ਦੀ ਪੋਲੀਟੀਕਲ ਅਪਰੋਚ ਆਫ ਕੈਪਟਨ ਅਮਰਿੰਦਰ ਸਿੰਘ ਨਾਓ? ਆਈ ਥਿੰਕ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਜੋ ਮਨਸੂਬਾ ਸੀ, ਰਾਜਨੀਤਿਕ ਮਨਸੂਬਾ, ਮੈਨੂੰ ਲੱਗਦਾ ਕਾਫੀ ਹੱਦ ਤੱਕ ਪੂਰਾ ਹੋ ਗਿਆ। ਉਹਨਾਂ ਨੇ ਜੋ ਡੈਂਟ ਲਗਾਉਣਾ ਸੀ ਜਾਂ ਜੋ ਪੋਲੀਟੀਕਲ ਮਾਈਲੇਜ ਇਸ ਇਸ਼ੂ ਤੇ ਲੈਣੀ ਸੀ। ਲੈਟਸ ਵਿਲ ਟਾਕ ਮੋਰ ਅਬਾਊਟ ਕੈਪਟਨ ਅਮਰਿੰਦਰ ਸਿੰਘ ਐਂਡ ਇਸ ਪੋਲੀਟੀਕਲ ਮਾਈਲੇਜ ਐਂਡ ਉਹਨਾਂ ਦਾ ਪੋਲੀਟੀਕਲ ਮਾਸਟਰ ਸਟ੍ਰੋਕ ਕੀ ਹੋਏਗਾ ਇਸ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ, ਉਹ ਵੀ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਲੇਕਿਨ ਇੱਥੇ ਸਮਾਂ ਮੈਨੂੰ ਇਜਾਜ਼ਤ ਦੇ ਰਿਹਾ ਨਿੱਕੇ ਜਿਹੇ ਵਕਫੇ ਲਈ। ਵਕਫੇ ਤੋਂ ਬਾਅਦ ਵਿਚਾਰ ਵਟਾਂਦਰਾ ਸਾਡਾ ਜਾਰੀ ਹੈ।